ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਵਾਜ਼ ਆ ਰਹੀ ਹੈ ਜੀ? ਹੁਣ ਪਲੀਜ਼ ਦੱਸਿਓ। ਯੈਸ ਦਾ ਮਤਲਬ ਵੀ ਹਾਂਜੀ ਆ ਰਹੀ ਆ। ਹੈਲੋ, ਹਾਂਜੀ ਫਾਲਸ ਪੀਪਲ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ ਹੋ? ਆ ਗਈ। ਓਕੇ 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 ਅੱਲਾ ਵਤ ਰੈਕਟਸ। ਹਾਂਜੀ, ਸੋ ਸਤਿ ਸ਼੍ਰੀ ਅਕਾਲ, ਕਿਵੇਂ ਹੋ? ਠੀਕ ਠਾਕ ਹੋ ਜੀ? ਸੋ ਫਾਈਨਲੀ ਕਿੰਨੇ ਦਿਨਾਂ ਬਾਅਦ, ਮੈਂ ਪਹਿਲਾਂ ਸੋਚਿਆ ਸੀਗਾ ਵੀ ਇਟਸ ਓਕੇ, ਯੂ ਨੋ, ਜੋ ਚੀਜ਼ਾਂ ਚੱਲਦੀਆਂ ਚੱਲੀ ਜਾਣ ਦਿਓ ਤੁਹਾਡੇ। ਹਾਂਜੀ ਹਾਂਜੀ, ਆਪਾਂ ਮਿਲੇ ਸੀ ਕਰਨਾਲ। ਯੈਸ, ਸੋ ਤੁਹਾਡੇ ਜਿਹੜੇ ਤੁਹਾਡੇ ਨੀਡ ਦੇ ਤੁਹਾਡੇ ਪਰਿਵਾਰਕ ਮੈਂਬਰ ਜਾਂ ਤੁਹਾਡੇ ਜਿਹੜੇ ਯਾਰ ਦੋਸਤ ਜਾਂ ਤੁਹਾਨੂੰ ਪਿਆਰ ਕਰਨ ਵਾਲੇ ਕੁਝ ਬੰਦੇ ਹੁੰਦੇ ਜ਼ਿੰਦਗੀ 'ਚ, ਕਿਉਂਕਿ ਜ਼ਿਆਦਾ ਵੱਡੇ ਤਾਂ ਤੁਸੀਂ ਵੱਡਾ ਸਰਕਲ ਜਿਹੜਾ ਉਹ ਰਿਐਲਿਟੀ ਦੇ ਵਿੱਚ ਪਿਆਰ ਕਰਨ ਵਾਲਾ ਨਹੀਂ ਹੁੰਦਾ। ਸੋ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਹੋ। ਅਤੇ ਮੈਂ ਸੋਚਿਆ ਸੀਗਾ ਵੀ ਆਪਾਂ ਇਸ ਟੋਪਿਕ 'ਤੇ ਨਹੀਂ ਗੱਲ ਕਰਾਂਗੇ, ਕਿਉਂਕਿ ਪਿੱਛੇ ਜੇ ਇੱਕ ਇਸ਼ੂ ਸ਼ਹਿਰੀਮਾਨ ਅਤੇ ਮਨਪ੍ਰੀਤ ਮੰਨੇ ਵਾਲਾ, ਅਤੇ ਇੱਕ ਉਸ ਤੋਂ ਪਹਿਲਾਂ ਇੱਕ ਕਰਨ ਔਜਲੇ ਵਾਲਾ ਇਸ਼ੂ ਸੀਗਾ। ਮੈਂ ਅੱਜ ਦੋਨਾਂ 'ਤੇ ਬੋਲੂੰਗਾ, ਪਹਿਲੀ ਵਾਰੀ ਬੋਲੂੰਗਾ। ਅਤੇ ਇਹ ਤੋਂ ਪਹਿਲਾਂ ਮੈਨੂੰ ਲੱਗਿਆ ਯਾਰ ਦੈਟਸ ਓਕੇ, ਕੋਈ ਗੱਲ ਨਹੀਂ, ਜੋ ਜਿਹਨੂੰ ਠੀਕ ਲੱਗਦਾ ਉਹ ਅਗਲਾ ਕਰੇ, ਅਤੇ ਜਿੱਦਾਂ ਜਿਹਨੂੰ ਠੀਕ ਲੱਗਦਾ, ਜਿੱਦਾਂ ਜਿਹਦੀਆਂ ਵਿਚਾਰ ਨੇ ਉਵੇਂ। ਪਰ ਮੈਂ ਚਾਹੁੰਦਾ ਵਾ ਵੀ ਅੱਜ ਮੇਰੇ ਕੋਲ ਮੈਂ ਸੀਗਾ, ਮੈਂ ਕਿਹਾ ਚੱਲ ਮੈਂ ਵੀ ਇੱਕ ਵਾਰੀ ਆਪਦੀਆਂ ਚੀਜ਼ਾਂ ਜਿਹੜੀਆਂ ਸੀ ਮੈਂ ਆਪਦੇ ਵੱਲੋਂ ਤੁਹਾਡੇ ਨਾਲ ਇਸ ਚੀਜ਼ ਬਾਰੇ ਡਿਸਕਸ ਕਰਨਾ ਚਾਹੁੰਦਾ ਸੀ। ਸੋ ਲੈਟਸ ਟੋਕ ਅਬਾਊਟ, ਹਾਂਜੀ, ਜਰਮਨੀ। ਇੱਕ ਸੈਕਿੰਡ, ਰਿਕੁਐਸਟ, ਕਿਹੜੇ ਕਿਹੜੇ ਬੰਦਿਆਂ ਦੀ ਰਿਕੁਐਸਟ ਆ? ਅੰਮ੍ਰਿਤ ਸਿੰਘ ਵਿਰਕ, ਪ੍ਰਿੰਸ, ਮਨਜਿੰਦਰ, ਜਸਪ੍ਰੀਤ, ਬੱਲੀ ਢਿੱਲੋਂ। ਹਾਂਜੀ, ਮੈਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਕਿਵੇਂ ਮੈਂ ਤੁਹਾਡੀ ਉਸ ਚੀਜ਼ ਨੂੰ ਵਿੱਚ ਅਕਸੈਪਟ ਕਰਾਂ। ਪਰ ਐਨੀਵੇ, ਲੈਟਸ ਟੋਕ ਅਬਾਊਟ ਸ਼ਹਿਰੀਮਾਨ ਐਂਡ ਮਨਪ੍ਰੀਤ ਮੰਨਾ ਇਸ਼ੂ ਫਸਟ, ਕਿਉਂਕਿ ਚੱਕਰ ਇਹ ਆ ਵੀ ਲੋਕਾਂ ਨੇ ਇਹ ਚੀਜ਼ ਨੂੰ ਬਹੁਤ, ਕਈਆਂ ਨੂੰ ਦੇਖੋ ਐਂਟਰਟੇਨਮੈਂਟ ਦਾ ਸਾਧਨ ਹੁੰਦਾ, ਕਈਆਂ ਨੇ ਇਸ ਚੀਜ਼ ਨੂੰ ਬਹੁਤ ਐਂਟਰਟੇਨ ਹੋਏ ਹੋਣਗੇ, ਕਾਫੀ ਕਾਫੀ ਚੀਜ਼ਾਂ। ਪਲੱਸ ਜਿਹੜੀ ਮੇਰੀ ਮੇਨ ਚੀਜ਼ ਕਹਿਣ ਵਾਲੀ ਉਹ ਆ ਚੈਨਲਸ ਦੀ, ਚੈਨਲਸ ਨੂੰ ਇਹ ਹੁੰਦਾ ਵੀ ਚਲੋ ਟਾਈਟਲ ਇੱਕ ਇਹੋ ਜਿਹਾ ਪਾ ਦਈਏ ਜਿਹਦੇ ਨਾਲ ਚੀਜ਼ਾਂ ਜਿਹੜੀਆਂ ਵਾ ਉਸ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਖਣ, ਪਰ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਸ਼ਾਇਦ ਉਹਨਾਂ ਦੇ ਇਸ ਚੀਜ਼ ਕਰਕੇ ਕਿੰਨੇ ਲੋਕ, ਕਿੰਨੇ ਪਰਿਵਾਰ, ਕਿੰਨੀਆਂ ਚੀਜ਼ਾਂ ਹਰਟ ਹੋ ਸਕਦੀਆਂ। ਅਨਟਿਲ ਤੁਸੀਂ ਕਿਸੇ ਨਾ ਕਿਸੇ ਚੀਜ਼ 'ਤੇ ਰਿਜ਼ਲਟ 'ਤੇ ਨਾ ਪਹੁੰਚੋ, ਉਹਨੂੰ ਇੰਨਾ ਵਧਾਵਾ ਨਾ ਦਿਓ। ਮੇਰਾ ਸਾਰਿਆਂ ਨਾਲ ਪਿਆਰ ਆ, ਸਾਰੇ ਚੈਨਲਸ ਨਾਲ ਵੀ ਪਿਆਰ ਆ ਮੇਰਾ, ਮੈਂ ਸਭ ਨਾਲ ਬਹੁਤ ਵਧੀਆ ਵਰਤਦਾ ਜਿਹਨਾਂ ਨਾਲ ਵਰਤਦਾ, ਨਹੀਂ ਤਾਂ ਲਾਈਕ ਆਪਦੀ ਆਪਦੀ ਲਾਈਫ ਦੇ ਵਿੱਚ ਸਾਰੇ ਬਿਜ਼ੀ ਨੇ। ਸੋ ਸ਼ਹਿਰੀਮਾਨ ਅਤੇ ਮਨਪ੍ਰੀਤ ਮੰਨਾ ਉਦਣ ਚਲੋ ਡਰਿੰਕ ਕੀਤੀ ਸੀ ਵੀਰਾਂ ਨੇ, ਅਤੇ ਡਰਿੰਕ ਕਰਕੇ ਲਾਈਵ ਹੋਏ ਉਹ, ਅਤੇ ਉਹਨਾਂ ਨੇ ਲਾਈਵ ਦੇ ਵਿੱਚ ਗੱਲਾਂ ਕੀਤੀਆਂ ਵੀ ਗਗਨ ਕੋਕਰੀ ਇੱਦਾਂ ਦਿਸ ਦੈਟ। ਅਗਲੇ ਦਿਨ ਸਵੇਰੇ ਉੱਠੇ, ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਚੀਜ਼ ਗਲਤ ਸੀ। ਉਹਦਾ ਰੀਜ਼ਨ ਇਹ, ਅਹਿਸਾਸ ਹੋਣ ਦਾ ਇਹ ਰੀਜ਼ਨ ਸੀਗਾ ਵੀ ਸਾਡਾ ਸ਼ਹਿਰੀਮਾਨ ਇੱਕ ਉਹ ਬੰਦਾ ਆ ਜਿਹੜਾ ਆਈ ਥਿੰਕ ਸਾਡੇ ਸੋਸ਼ਲ ਮੀਡੀਆ ਦਾ ਪਹਿਲਾ ਸਟਾਰ ਆ ਸ਼ਹਿਰੀਮਾਨ, ਅਤੇ ਆਪਾਂ ਉਹਦੇ ਫੈਨ ਆ ਵੱਡੇ ਤਕੜੇ ਵਾਲੇ, ਅਤੇ ਹਮ ਮੇਰੇ ਤੋਂ ਵੱਡਾ ਉਹ, ਅਤੇ ਚਲੋ ਹੁਣ ਤਾਂ ਫੀਲਡ ਵੀ ਸੇਮ ਆ, ਪਰ ਉਹਦੇ ਗਾਣੇ ਸੁਣ ਸੁਣ ਕੰਮ ਕਰਦੇ ਰਹੇ ਹਾਂ। ਜਿੱਥੇ ਵੀ ਜੋਬਾਂ ਕਰਦੇ ਸੀ ਉਹਦੇ ਗਾਣੇ ਚੱਲਦੇ ਹੁੰਦੇ ਸੀ ਯਾਰਨ ਮੁੱਲੇ, ਫਿਰ ਚਲੋ ਆਸਟ੍ਰੇਲੀਆ ਆਇਆ ਸ਼ਹਿਰੀਮਾਨ, ਉਹਦੇ ਨਾਲ ਵਧੀਆ ਉੱਥੇ ਵਾਰਤਾਲਾਪ, ਐਵਰੀਥਿੰਗ, ਸਭ ਕੁਛ ਬਹੁਤ ਵਧੀਆ ਹੋਇਆ। ਉਹ ਹੁਣ ਜਿਹੜੀ ਇੱਕ ਜਿਹੜੀ ਡਰਿੰਕ ਹੁੰਦੀ ਆ ਉਹ ਬੜੀ ਇੱਕ ਉਹਦੇ ਕਹਿਣ ਨੂੰ ਹੈਂਡਲ ਕਰਨ ਵਾਲੀ ਚੀਜ਼ ਹੁੰਦੀ ਆ, ਪਰ ਬਾਈ ਨੂੰ ਅਹਿਸਾਸ ਹੋਇਆ। ਉਹਨੇ ਸਵੇਰੇ ਮੈਨੂੰ ਸਾਡੀ ਫੋਨ 'ਤੇ ਗੱਲ ਹੋਈ ਅਤੇ ਉਹਨੇ ਮੈਨੂੰ ਕਿਹਾ, ਕਹਿੰਦਾ ਯਾਰ ਵੀ ਮੈਨੂੰ ਨਹੀਂ ਪਤਾ ਲੱਗਿਆ ਬਾਈ ਵੀ ਕਿਹੜੀਆਂ ਚੀਜ਼ਾਂ ਕਿਵੇਂ ਕੀ ਹੋਇਆ, ਵੀ ਮੈਂ ਉਹ ਚੀਜ਼, ਮੈਨੂੰ ਉਹਦੀ ਇਹ ਚੀਜ਼ ਵਧੀਆ ਲੱਗੀ ਕਿ ਉਹਨੂੰ ਇਹ ਚੀਜ਼ ਅਹਿਸਾਸ ਹੋਇਆ ਸ਼ਹਿਰੀਮਾਨ ਵੀਰ ਦਾ। ਔਰ ਉਹਨੇ ਚਲੋ ਅਪੋਲੋਜਾਈ ਲਿਖ ਕੇ ਵੀ ਪਾਇਆ ਉਹ ਚੀਜ਼ ਦੇ ਵਿੱਚ, ਕਿਉਂਕਿ ਕਈ ਚੀਜ਼ਾਂ ਤੁਹਾਨੂੰ ਪਤਾ ਹੀ ਨਹੀਂ ਹੁੰਦੀਆਂ ਐਜ਼ ਐਨ ਆਰਟਿਸਟ, ਜਾਂ ਕੋਈ ਵੀ ਬੰਦਾ ਜਿਹੜਾ ਥੋੜ੍ਹਾ ਜਿਹਾ
ਜਿਵੇਂ ਕੋਈ ਵੀ ਆਰਟਿਸਟ ਲਾ ਲਓ, ਉਹਦੇ ਨਾਲ ਅਣਚਾਹੇ ਇਹੋ ਜਿਹੇ ਬੰਦੇ ਵੀ, ਉਹਨੂੰ ਪਿਆਰ ਕਰਨ ਵਾਲੇ ਵੀ ਅਣਚਾਹੇ ਇਹੋ ਜਿਹੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਉਹਨੂੰ ਦੇਖਿਆ ਨਹੀਂ ਹੁੰਦਾ, ਤੇ ਵਿਰੋਧ ਕਰਨ ਵਾਲੇ ਵੀ, ਜਾਂ ਕਈ ਵਾਰੀ ਕਿਸੇ ਨੂੰ ਸ਼ਕਲ ਨਹੀਂ ਪਸੰਦ, ਕਿਸੇ ਨੂੰ ਗਾਉਣਾ ਨਹੀਂ ਪਸੰਦ, ਕਿਸੇ ਨੂੰ ਹੱਸਣਾ ਨਹੀਂ ਪਸੰਦ ਬੰਦੇ ਦਾ, ਸੋ ਉਹ ਕਈ ਇੱਦਾਂ ਚੀਜ਼ਾਂ ਨੈਗੇਟਿਵਿਟੀਆਂ ਵੀ ਨਾਲ ਦੀ ਨਾਲ ਆ ਜਾਂਦੀਆਂ। ਸੋ ਮੈਂ ਲੈ ਕੇ ਚੱਲਦਾ ਇਸ ਚੀਜ਼ ਨੂੰ, ਤੇ ਮਨਪ੍ਰੀਤ ਮੰਨਾ ਆਪਣਾ ਭਰਾ ਆ ਮੰਨਾ, ਉਹਨੇ ਇੱਕ ਸੈਕਿੰਡ ਸ਼ਾਇਦ ਬੰਨਾ ਵਿੱਚ ਆ ਹੀ ਗਿਆ ਹੋਵੇ, ਮੰਨੇ ਜੇ ਦੇਖਦਾ ਤਾਂ ਆ ਜਾ ਵਿੱਚ, ਤੈਨੂੰ ਮੈਂ ਲੈ ਲੈਣਾ ਲਾਈਵ ਦੇ ਵਿੱਚ, ਮੈਨੂੰ ਥੱਲੇ ਮੈਸੇਜ ਕਰ ਇੱਕ ਇਹਦੇ ਆਪਣੇ ਦੇ ਲਾਈਵ ਦੇ। ਸੋ ਮਨਪ੍ਰੀਤ ਮੰਨਾ ਆਪਣਾ ਭਰਾ ਆ, ਛੋਟਾ ਭਰਾ ਆ, ਉਹਦੇ ਕਈ ਗਾਣੇ ਮੈਂ ਪਹਿਲਾਂ ਰਿਲੀਜ਼ ਵੀ ਕੀਤੇ ਆ ਜਦੋਂ ਮੈਂ ਮਤਲਬ ਇੰਨਾ ਜ਼ਿਆਦਾ ਗਾਉਣ ਦੇ ਵਿੱਚ ਨਹੀਂ ਸੀ, ਅਤੇ ਉਹ ਕਿਉਂਕਿ ਉਹ ਟੈਲੈਂਟਡ ਮੁੰਡਾ ਆ। ਸੋ ਉਦੋਂ ਬਾਅਦ ਚਲੋ ਕਮਿਊਨੀਕੇਸ਼ਨ ਗੈਪ ਇਹ ਹੋਇਆ ਕਿ ਮੈਂ ਵੀ ਥੋੜ੍ਹਾ ਮੋਟੇ ਚੀਜ਼ਾਂ ਚੱਲਣ ਲੱਗ ਗਈਆਂ, ਅਤੇ ਮੈਂ ਥੋੜ੍ਹਾ ਜਿਹਾ ਬਿਜ਼ੀ ਹੋ ਗਿਆ, ਉਹ ਆਪਦੀ ਲਾਈਫ ਦੇ ਵਿੱਚ ਬਿਜ਼ੀ, ਮੈਂ ਆਪਦੀ ਲਾਈਫ ਦੇ ਵਿੱਚ ਬਿਜ਼ੀ। ਕਿਸੇ ਨੇ ਇਹਨੂੰ ਆ ਕੇ ਇੱਦਾਂ ਕਹਿਤਾ ਹੋਣਾ ਵੀ ਉਹਨੇ ਇਹ ਆਹ ਜਿਹੜੀ ਚੀਜ਼ ਹੋਈ ਆ ਇਹ ਗਗਨ ਕੋਕਰੀ ਨੇ ਕਰਾਈ, ਉਹ ਮਨ 'ਚ ਹੀ ਰੱਖੀ ਫਿਰਦਾ ਰਿਹਾ ਇੰਨੇ ਸਾਲ। ਅਤੇ ਸੈਕਿੰਡ ਮਨਪ੍ਰੀਤ ਮੰਨੇ ਨੂੰ ਮੈਂ ਲਾਈਵ ਦੇ ਵਿੱਚ ਚੱਕੋ ਜੀ, ਸੋ ਮੰਨੇ ਨੂੰ ਮੈਂ ਚਾਹੂੰਗਾ ਵੀ ਜੇ ਲਾਈਵ ਦੇਖਦਾ ਤੇ ਲਾਈਵ ਦੇ ਵਿੱਚ ਆ ਜਾਵੇ। ਤੇ ਹਾਂਜੀ ਸ਼ਾਹ ਜੀ, ਉਹ ਕਿਵੇਂ ਆ? ਆ ਗਿਆ? ਵਧੀਆ ਵਧੀਆ, ਹੋਰ ਵੀਰੇ ਕੀ ਹਾਲ ਆ? ਬਹੁਤ ਵਧੀਆ ਬਹੁਤ ਵਧੀਆ। ਕਿਵੇਂ? ਮੈਂ ਯਾਰ ਮਾਲ ਚ ਸੀਗਾ, ਫੋਨ ਸਾਇਲੈਂਟ ਤੇ ਹੁੰਦਾ, ਜੇਬ ਚ ਸੀਗਾ, ਮੈਂ ਦੇਖਿਆ ਨੀ। ਅੱਛਾ ਹਾਂਜੀ, ਤੇ ਹੋਰ ਕੀ ਬਣਦਾ ਹੁਣ? ਹੁਣ ਕੀ ਲਾਪੇ ਕਰਨਾ? ਨਹੀਂ ਨਹੀਂ, ਮੈਂ ਤਾਂ ਕੁਛ ਨੀ ਲਾਪਿਆ ਕਰਨ। ਮੈਂ ਐਕਚੁਲੀ, ਮੈਨੂੰ ਅੱਜ ਮੈਂ ਥੋੜਾ ਜਿਹਾ ਫ੍ਰੀ ਸੀਗਾ, ਮੈਂ ਕਿਹਾ ਚੱਲ ਮੈਂ ਇੰਨਾ ਦਿਨ ਹੋ ਗਏ ਬੋਲਿਆ ਨੀ ਇਸ ਚੀਜ਼ ਬਾਰੇ। ਕਈਆਂ ਨੂੰ ਬਹੁਤ ਚੀਜ਼ਾਂ ਦੀਆਂ, ਕਈ ਵਿੱਚ ਮੈਸੇਜ ਬਹੁਤ ਆ ਰਹੇ ਸੀ ਕਿ ਤੁਸੀਂ ਬੋਲਦੇ ਨਹੀਂ। ਮੈਂ ਇੱਕ ਗੱਲ ਕਰਦਾ ਵੀਰੇ, ਦੇਖਾ ਹੁਣ ਆਪਣੇ ਜੇ ਕਈ ਵਾਰ ਚਾਚੇ ਨਾਲ ਵੀ ਲੜ ਪੈਂਦੇ ਆ, ਬਾਪੂ ਨੇ ਆਪਸ ਚ ਲੜ ਪੈਂਦੇ ਆ, ਦਾਰੂ ਪੀਤੀ ਹਨਾ, ਉਹ ਸਾਰੀ ਜ਼ਿੰਦਗੀ ਗੱਲਾਂ ਸੁਣਾ ਕੇ ਥੋੜਾ ਨਾ ਮਾਰਦੇ ਆ ਵੀ ਤੇਰੇ ਨਾਲ ਮੈਂ ਲੜਿਆ ਸੀ ਉਹ ਦਾਰੂ ਪੀਤੀ ਚ। ਗੱਲ ਹੋ ਗਈ ਹਵਾਲੀ, ਜਿਨ੍ਹਾਂ ਚ ਜਿਹੜੀ ਕਨਫਿਊਜ਼ਨ ਸੀਗੀ ਨਿਕਲ ਗਈ, ਮੁਲਖ ਐਵੇਂ ਸਵਾਦ ਲੈਣ ਤੇ ਹੋਇਆ ਪਿਆ। ਮੈਂ ਤਾਂ ਇੱਕ ਤਾਂ ਰਾਤ ਹੋਇਆ ਪਿਆ ਸੀ ਯਾਰ, ਫੇਰ ਮੈਂ ਸੋਚਿਆ ਵੀ ਛੱਡ ਮਨਾ, ਆਪਣਾ ਕੰਸਨਟ੍ਰੇਟ ਸਿੱਧੇ ਪਾਸੇ ਲਾ, ਇੱਕ ਜ਼ਿੰਦਗੀ ਆ ਫਨ ਕਰੀਏ, ਮੈਂ ਟੈਨਸ਼ਨ ਕਾਹਦੀ ਲੈਣੀ ਯਾਰ। ਨਹੀਂ ਗੱਲ ਪਤਾ ਕੀ ਹੁੰਦਾ, ਕਈ ਵਾਰੀ ਕੀ ਹੁੰਦੀਆਂ ਲੋਕਾਂ ਦੇ ਮਨਾਂ ਦੇ ਵਿੱਚ ਗੱਲਾਂ ਚੱਲੀਆਂ ਜਾਂਦੀਆਂ, ਉਹਨਾਂ ਨੇ ਤਾਂ ਜੋ ਸੋਸ਼ਲ ਮੀਡੀਆ ਤੇ ਦੇਖਿਆ ਸੁਣਿਆ ਉਹੀ ਸੱਚ ਆ ਉਹਨਾਂ ਲਈ। ਸੋ ਕਈ ਵਾਰੀ ਇੱਕ ਇਮੇਜ ਵੀ ਕੋਈ ਕਹੀ ਜਾਊਗਾ ਵੀ ਹੁਣ ਸਟੈਂਡ ਨੀ ਹੈਗਾ, ਫਲਾਣਾ ਨੀ, ਇਹੋ ਜਿਹੇ ਸਟੈਂਡ ਨੂੰ ਵੀਰੇ ਕੀ ਕਰਨਾ ਜਿਹੜਾ ਜ਼ਿੰਦਗੀਆਂ ਖਰਾਬ ਕਰ ਜੇ, ਹੈ ਨਾ? ਸਟੈਂਡ ਲਓ ਜਿਹੜਾ ਚੀਜ਼ ਜ਼ਿੰਦਗੀ ਬਣਾ ਜਾਵੇ। ਮੈਨੂੰ ਬਾਕੀ ਸਾਰੇ ਨੂੰ ਪਤਾ ਹੀ ਆ, ਬਾਕੀ ਚੱਕਰ ਇਹ ਆ ਵੀ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ, ਬੰਦਾ ਹਰਟ ਹੁੰਦਾ ਸੁਣ ਕੇ ਨਾ। ਮੈਂ ਉਦੋਂ ਸੱਚੀ ਹਰਟ ਹੋਇਆ ਸੁਣ ਕੇ, ਤੇ ਜਦੇ ਆ ਗਿਆ ਨਾ ਫਿਰ ਮੈਂ ਅਗਲੇ ਦਿਨ ਲਾਈਵ। ਨਹੀਂ ਤੂੰ, ਤੇਰੀ ਤੇਰਾ ਇਹ ਵੱਡਾ ਪਾਣਾ ਤੂੰ ਆਇਆ, ਪਰ ਇੱਕ ਚੀਜ਼ ਬੰਦਾ ਬੰਦਾ ਹਰਟ ਹੁੰਦਾ ਇਹ ਚੀਜ਼ ਤੇ, ਖਾਸ ਕਰ ਯਾਰ ਉਹ ਬੰਦਾ ਜਿਹੜਾ ਕਿਸੇ ਨੂੰ ਲੈਣਾ ਦੇਣਾ ਹੀ ਨਹੀਂ ਇਹਨੂੰ ਕਿਸੇ ਨਾਲ। ਤੁਸੀਂ ਇੱਕ ਜਿਹੜਾ ਆਰਟਿਸਟ ਹੁੰਦਾ ਉਹ ਗਾਣੇ ਗਾਉਂਦਾ, ਉਦੋਂ ਬਾਅਦ ਲੋਕ ਡਿਸਾਈਡ ਕਰਦੇ ਆ ਚੰਗੇ ਆ ਮਾੜੇ ਆ, ਅਗਲਾ ਗਾ ਦਿੰਦਾ। ਮੈਂ ਉਹਦਾ ਨਾਂ ਨੀ ਲਿਆ ਹੈਗਾ, ਪਰ ਉਹਦੇ ਤੱਕ ਮੈਸੇਜ ਪਹੁੰਚ ਗਿਆ ਹੋਊ, ਐਵੇਂ ਸਵਾਦ ਜੇ ਲਈ ਜਾਂਦਾ ਉਸਤਾਦ ਕਹਿ ਕੇ ਵੀ ਐ ਕਰਦੇ ਆਪਾਂ ਵੀ ਫੇਮਸ ਹੋ ਲਈਏ, ਲੜ ਲਈਏ, ਫਲਾਣਾ ਕਰ ਲਈਏ, ਜਿਹਦੀ ਗੱਲ ਕਰਦੇ ਉਹਨੇ ਨੀ। ਚਾ ਛੱਡ ਸਾਰੇ ਛੱਡ ਉਹਨਾਂ ਚੀਜ਼ਾਂ ਨੂੰ, ਸਾਰੇ ਆਪਣੇ ਭਰਾ ਨੇ, ਆਪਾਂ ਇਹਨਾਂ ਚੀਜ਼ਾਂ ਚ ਪੈਣਾ ਨੀਗਾ। ਪਰ ਮੈਂ ਇੱਕ ਚੀਜ਼ ਇਹ ਅੱਜ ਦਾ ਜਿਹੜਾ ਲਾਈਵ ਆ ਇਸ ਗੱਲ ਨੂੰ ਲੈ ਕੇ ਆ ਵੀ ਜਿਹੜੀ ਵੀ ਚੀਜ਼ ਇਸ਼ੂ ਹੋਈ ਆ, ਮੈਨੂੰ ਇਹ ਲੋਕ ਕਹਿ ਰਹੇ ਸੀ ਕਿ ਤੁਸੀਂ ਬੋਲ ਨੀ ਰਹੇ ਇਹ ਚੀਜ਼ ਬਾਰੇ। ਸੋ ਮੈਂ ਅੱਜ ਇਹ ਕਹਿੰਦਾ ਮੇਰਾ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨੀ ਕੁਛ ਵੀ। ਜੋ ਵੀ ਚੀਜ਼ਾਂ ਹੋਈਆਂ ਉਹ ਮੂਮੈਂਟ ਦੇ ਹਿਸਾਬ ਨਾਲ, ਮੈਨੂੰ ਨੀ ਪਤਾ ਤੇਰੇ। ਇਹਨੇ ਮੈਨੂੰ ਕਿਹਾ ਵੀ, ਕਹਿੰਦਾ ਵੀ 5 ਸਾਲ ਚ ਭਾਈ ਆਪਣੀ। ਸੋ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ ਵੀ ਕਮਿਊਨੀਕੇਸ਼ਨ ਗੈਪ ਨਾ ਰੱਖੋ ਜ਼ਿੰਦਗੀ ਚ ਕਦੇ ਵੀ, ਕਦੇ ਵੀ ਕਮਿਊਨੀਕੇਸ਼ਨ ਗੈਪ। ਤੇਰੀ ਕਾਫੀ ਪਹੁੰਚਣ ਨੂੰ 2 ਦਿਨ ਲੱਗ ਜਾਣੇ ਇੱਥੇ, ਬਸ 1 ਮਿੰਟ ਲੱਗਿਆ।
ਐਂਡ 3 4 ਸਟੀਪ ਦੀ ਟ੍ਰਿਪਲ ਟ੍ਰਿਪਲ ਬੱਲਾ ਬੱਲਾ ਮਾਰਨਾ ਟ੍ਰਿਪਲ ਟ੍ਰਿਪਲ ਬੰਦਾ ਟ੍ਰਿਪਲ ਟ੍ਰਿਪਲ ਤੇ ਲੱਗਿਆ ਨਹੀਂ ਅੱਖ ਪੂਰੀ ਮਾਰਦਾ ਹੀ ਨਹੀਂ ਤਾਂ ਬੰਦਾ ਹਜੇ ਕਹਿੰਦਾ ਵਜਨ ਘਟਾਉਣਾ ਹਾਂਜੀ ਵੀਰੇ ਸੋ ਮਤਲਬ ਮੇਨ ਗੱਲ ਇਹ ਆ ਬਈ ਐਦਾਂ ਚੀਜ਼ਾਂ ਜਾਂ ਹੁਣ ਚੱਲ ਮੈਨੂੰ ਮੈਂ ਕਹਿੰਦਾ ਵੀ ਇੱਕ ਚੀਜ਼ ਬਹੁਤ ਵਧੀਆ ਹੋਈ ਤੁਹਾਡੀ ਸ਼ਰਾਬ ਛੁੱਟ ਗਈ ਠੀਕ ਹੈ ਤੇ ਮੇਨ ਗੱਲ ਪੁੰਨ ਦਾ ਕੰਮ ਇਹ ਹੋਇਆ ਵੀ ਬੰਦਿਆਂ ਦੀ ਸ਼ਰਾਬ ਛੁੜਾਤੀ ਉਹ ਦਿਨ ਉਹ ਯਾਰ ਗੱਲ ਪੱਕੀ ਆ ਛੁੱਟਣੀ ਨਹੀਂ ਸੀ ਏਦਾਂ ਇਦੂ ਬਿਨਾਂ ਛੁੱਟਣੀ ਵੀ ਨਹੀਂ ਸੀ ਕੰਮ ਬੋਤਲ ਤੱਕ ਪਹੁੰਚ ਗਿਆ ਸੀ ਡੇਲੀ ਉਹ ਵਧੀਆ ਮੇਰੇ ਘਰ ਦੇ ਵੀ ਸ਼ੁਕਰ ਮਨਾਈ ਜਾਂਦੇ ਕਹਿੰਦੇ ਸ਼ੁਕਰ ਆ ਨਹੀਂ ਨਹੀਂ ਚਲੋ ਬਹੁਤ ਦੇਖੋ ਇਹ ਚੀਜ਼ ਮੈਂ ਅਸੀਂ ਹੁਣ ਇੱਕ ਦੂਜੇ ਨਾਲ ਬੋਲਦੇ ਹਾਂ ਤੇ ਸਾਡਾ ਮੈਂ ਇਹ ਕਹਿਣ ਲੱਗਿਆ ਸੀ ਕਮਿਊਨੀਕੇਸ਼ਨ ਗੈਪ ਆ ਨਾ ਜਿਹੜਾ ਜ਼ਿੰਦਗੀ ਦੇ ਵਿੱਚ ਮੇਰੇ ਮੇਰੇ ਬੋਲੇ ਹੀ ਨਹੀਂ ਹੈਗੇ ਮੇਰੇ ਮੰਮੀ ਡੈਡੀ ਜਾਂ ਸਿਆਣੇ ਬੰਦੇ ਇਹ ਚੀਜ਼ ਜ਼ਰੂਰ ਕਹਿੰਦੇ ਆ ਕਿ ਕਮਿਊਨੀਕੇਸ਼ਨ ਗੈਪ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਕਿਉਂਕਿ ਤੁਹਾਡੇ ਮਨ ਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਆਈ ਜਾਂਦੀਆਂ ਹੁਣ ਮੈਂ 5 ਸਾਲਾਂ 'ਚ ਤੂੰ ਵੀ ਬਿਜ਼ੀ ਹੋ ਗਿਆ ਹੋਏਗਾ ਮੈਂ ਵੀ ਥੋੜ੍ਹਾ ਮੋਟਾ ਬਿਜ਼ੀ ਹੋ ਗਿਆ ਠੀਕ ਆ ਜਿਹੜੀ ਚੀਜ਼ 5 ਸਾਲ ਪਹਿਲਾਂ ਤੇਰੇ ਦਿਮਾਗ 'ਚ ਕਿਸੇ ਨੇ ਕਹੀ ਉਹ ਤੂੰ 5 ਸਾਲ ਰੱਖੀ ਰੱਖੀ ਮੇਰੇ ਨਾਲ ਗੱਲ ਨਹੀਂ ਕੀਤੀ ਮੈਂ ਕੱਲਾ ਆਸਟ੍ਰੇਲੀਆ ਥੋੜੀ ਰਹਿੰਦਾ ਉੱਥੇ ਹੋਰ ਵੀ ਬਹੁਤ ਜਾਣੇ ਰਹਿੰਦੇ ਆ ਠੀਕ ਆ ਸੋ ਗੱਲ ਇਹ ਨੀ ਬਈ ਜੋ ਚੀਜ਼ ਆਸਟ੍ਰੇਲੀਆ ਨਾਲ ਰਿਲੇਟਡ ਆ ਸਾਰੀ ਮੇਰੇ ਨਾਲ ਹੀ ਆ ਇੱਕ ਬੰਦਾ ਜਦੋਂ ਕੋਈ ਵੀ ਮਾੜੀ ਮੋਟੀ ਤਰੱਕੀ ਕਰਦਾ ਨਾ ਮੈਂ ਅੱਛਾ ਉਹਨਾਂ ਨੇ ਡੇਲੀ ਸੋਰੀ ਆਈ ਡੋਨਟ ਨੋ ਕਿੰਨਾ ਨਹੀਂ ਸੀ ਉਹਨਾਂ ਨੇ ਖਬਰ ਲਾਈ ਕਿ ਗਗਨ ਕੋਕਰੀ ਨੇ ਐਮੀ ਵਿਰਕ ਦੇ ਨਾਂ ਤੇ ਮਾਰੀ ਠੱਗੀ ਅੱਛਾ ਨਾ ਤਾਂ ਸੁੱਤਾ ਉੱਠਿਆ ਰਾਤੋ ਰਾਤ ਨਾ ਤਾਂ ਭਾਈ ਮੈਨੂੰ ਤਾਂ ਸਮਝ ਨਾ ਆਵੇ ਵੀ ਚੱਕਰ ਚੱਲ ਕੀ ਆ ਨਾ ਤਾਂ ਐਮੀ ਵਿਰਕ ਨੂੰ ਉਨੀ ਕੁ ਚੀਜ਼ਾਂ ਦੀ ਲੋੜ ਆ ਠੀਕ ਆ ਮੇਰੇ ਹਿਸਾਬ ਨਾਲ 3-4 ਕਰੋੜ ਰੁਪਇਆ ਹੁਣ ਲੈਂਦਾ ਹੋਣਾ ਉਹ ਫਿਲਮ ਦਾ ਐਮੀ ਵਿਰਕ ਠੀਕ ਆ ਤੇ ਨਾ ਹੀ ਆਪਾਂ ਨੂੰ ਚਲੋ ਵਾਹਿਗੁਰੂ ਨੇ ਹੱਥ ਦਿੱਤੇ ਆ ਕੰਮ ਕਰਨ ਨੂੰ ਆਪਾਂ ਕੰਮ ਕਰਦੇ ਆ ਪਹਿਲੇ ਦਿਨ ਤੋਂ ਕਰਦੇ ਆ ਔਰ ਕੰਮ ਕਰਦੇ ਇਸ ਫੀਲਡ ਚ ਆਇਆ ਮੈਂ ਇਹਦੂ ਪਹਿਲਾਂ ਸ਼ਾਇਦ ਇਹ ਚੀਜ਼ ਚ ਇੰਨਾ ਕੁ ਕੁਛ ਚੀਜ਼ਾਂ ਕਰ ਲਈਆਂ ਕੰਮਾਂ ਕਾਰਾਂ ਦੇ ਵਿੱਚੋਂ ਨਿਕਲ ਗਿਆ ਵਾ ਮੈਂ ਸੋ ਮੈਂ ਮਤਲਬ ਉਹ ਚੀਜ਼ਾਂ ਸੁਣ ਕੇ ਹਰਟ ਵੀ ਹੁੰਦਾ ਘਰ ਦੇ ਵੀ ਹਰਟ ਹੁੰਦੇ ਆ ਉਹ ਮੈਂ ਉਹਨਾਂ ਨੂੰ ਬਾਅਦ ਚ ਮੇਰੇ ਰਿਲਾਈਜ਼ ਹੋਇਆ ਉਹਨਾਂ ਨੇ ਬਾਅਦ ਚ ਖਬਰ ਵੀ ਲਈ ਕਿ ਸਵੇਰੇ ਜੀ ਸ਼ਹਿਰੀ ਮਾਨ ਤੇ ਮਨਪ੍ਰੀਤ ਮੰਨੇ ਨੇ ਮੰਗੀ ਮਾਫੀ ਫਲਾਣਾ ਹਾਂ ਚਲੋ ਓਕੇ ਆ ਉਹ ਲਾਉਣੀ ਪੈਂਦੀ ਪਰ ਪਹਿਲੀ ਖਬਰ ਕਿੱਡੀ ਗਲਤ ਆ ਤੁਸੀਂ ਕਮ ਸੇ ਕਮ ਮੇਰੇ ਨਾਲ ਕੰਸਰਨ ਤਾਂ ਕਰੋ ਉਹ ਜਾ ਵੀਰੇ ਹੁਣ ਤੁਸੀਂ ਪਹਿਲੀ ਵਾਰ ਸਫਾਈ ਦੇਣੀ ਸੀ ਦੇ ਲਈ ਹੁਣ ਨਹੀਂ ਆਉਣਾ ਲਾਈਵ ਜਾ ਆ ਮੈਂ ਤਾਂ ਨਾ ਆਪਣਾ ਮੈਂ ਤਾਂ ਨਾਰਥ ਕੋਰੀਆ ਚੱਲਿਆ ਜਿੱਥੇ ਇੰਟਰਨੈਟ ਹੀ ਨਹੀਂ ਚੱਲਦਾ ਨਹੀਂ ਮੈਂ ਤਾਂ ਨਿੱਤ ਪੰਗਾ ਖੜਾ ਹੁੰਦਾ ਹੁਣ ਨਹੀਂ ਨਹੀਂ ਚੱਲ ਕੋਈ ਨੀ ਵਾਹਿਗੁਰੂ ਤੈਨੂੰ ਤਰੱਕੀਆਂ ਦੇਵੇ ਬਹੁਤ ਬਹੁਤ ਔਰ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ ਬਈ ਜੇ ਜੇ ਹਰ ਇੱਕ ਤਰੱਕੀ ਕਰਨ ਵਾਲਾ ਬੰਦਾ ਨੂੰ ਅਵਾਰਡ ਦੇਣੇ ਆ ਜਾਂ ਅੱਛਾ ਸਭ ਤੋਂ ਪਹਿਲੀ ਗੱਲ ਇਹ ਆ ਬਈ ਜਿਹੜਾ ਵੀ ਬੰਦਾ ਹੁਣ ਕੋਈ ਬੰਦਾ ਬਿਜ਼ਨਸ ਕਰ ਰਿਹਾ ਫੋਰ ਐਗਜ਼ਾਮਪਲ ਠੀਕ ਆ ਕੋਈ ਕੋਈ ਵੀ ਬੰਦਾ ਬਿਜ਼ਨਸ ਕਰ ਰਿਹਾ ਚਲ ਆਊਟ ਆਫ ਟੋਪਿਕ ਗੱਲ ਕਰ ਰਿਹਾ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਦੁਕਾਨਦਾਰ ਜਿਹੜੇ ਮੰਨ ਲਓ ਇੱਕ ਲਾਲਾ ਸਾਡੇ ਪਿੰਡ ਬਿਜ਼ਨਸ ਕਰ ਰਿਹਾ ਜੇ ਉਹ ਸਾਡੇ ਪਿੰਡੋਂ ਅਰਨਿੰਗ ਕਰ ਰਿਹਾ ਸਾਡੇ ਪਿੰਡ ਵਾਲੇ ਲੋਕਾਂ ਨੂੰ ਵੇਚ ਕੇ ਤਾਂ ਦੈਟ ਮੀਨਸ ਉਹ ਆਪਦੀ ਪਰਸੈਂਟੇਜ ਵਿੱਚੋਂ ਕੱਢ ਰਿਹਾ ਹਨਾ ਦੈਟ ਮੀਨਸ ਉਹ ਠੱਗ ਹੋ ਗਿਆ ਏਦਾਂ ਤਾਂ ਚੀਜ਼ਾਂ ਨਹੀਂ ਬਣਦੀਆਂ ਹੁੰਦੀਆਂ ਕੰਮ ਕਰੋ ਯਾਰ ਚੀਜ਼ਾਂ ਕਰੋ ਹੁਣ ਜੇ ਆਪਾਂ ਗਾਇਕੀ ਦੇ ਪੈਸੇ ਲੈਣੇ ਆ ਜਾਂ ਆਪਾਂ ਸ਼ੋਆਂ ਦੇ ਪੈਸੇ ਲੈਣੇ ਆ ਜਿੰਨੇ ਵੀ ਲੈਣੇ ਆ ਆਪਾਂ ਇਹ ਥੋੜੀ ਵੀ ਅਸੀਂ ਠੱਗੀਆਂ ਮਾਰਦੇ ਫਿਰਦੇ ਆ ਸ਼ੋਆਂ ਦੇ ਪੈਸਿਆਂ ਨਾਲ ਸ਼ੋਆ ਜਿਹਨੂੰ ਠੀਕ ਲੱਗਦਾ ਅਗਲਾ ਲਵਾਉਂਦਾ ਜਿਹਨੂੰ ਨਹੀਂ ਠੀਕ ਲੱਗਦਾ ਉਹਨੂੰ ਨਹੀਂ ਲਵਾਉਂਦਾ ਉਹ ਨਹੀਂ ਗੱਲ ਪੱਕੀ ਆ ਉਹ ਦੱਸਾਂ ਚੱਕਰ ਹੋਰ ਆ ਵੀਰੇ ਆਪਣੇ ਚ ਨਾ ਇੱਕ ਘਾਟ ਆ ਉਹ ਚਾਹੇ ਮਿਰਚ ਵੀ ਕੱਢ ਲਿਓ ਜਾਣੀ ਕਿ ਸਾਰੀ ਸਾਰੀ ਕਮਿਊਨਿਟੀ ਦੇ ਵਿੱਚ ਜੇ ਗਲਤੀ ਹੋ ਗਈ ਨਾ ਬੰਦਾ ਮਾਫੀ ਮੰਗ ਲੈਂਦਾ ਯਾਰ ਸ਼ਾਬਾਸ਼ੀ ਦਿਆ ਕਰੋ ਆਪਣਾ ਕੁਝ ਹੋ ਜਾਣਾ ਗਲਤ ਪਾਸੇ ਨੂੰ ਨੈਗੇਟਿਵਿਟੀ ਹੋਰ ਭਰ ਦਿੰਦਾ ਬੰਦੇ ਚ ਕਮੈਂਟ ਇਹ ਗੰਦੇ ਗੰਦੇ ਫਲਾਣੇ ਟਮਕਾਣੇ ਹਨਾ ਆਪਾਂ ਤਾਂ ਫੇਕ ਆਈਡੀਆਂ ਨਿਕਲੀਆਂ ਨੇ ਮੈਂ ਤਾਂ ਮਾਫੀਆਂ ਮੰਗਦਾ ਹੀ ਥੱਕਿਆ ਇਹ ਫੇਕ ਆਈਡੀਆਂ ਅੱਛਾ ਆ ਹੁਣ ਤੇਰੇ ਨਾਂ ਤੇ ਵੀ 50-100 ਆਈਡੀਆਂ ਹੋਣਗੀਆਂ ਮੇਰੇ ਨਾਂ ਤੇ ਵੀ ਹੋਣਗੀਆਂ ਕੋਈ ਕਿਸੇ ਨੂੰ ਕੀ ਕਿਹੜੀ ਆਈਡੀ ਤੋਂ ਕੀ ਬੋਲੀ ਜਾਂਦਾ ਇਹਦਾ ਮਤਲਬ ਇਹ ਥੋੜੀ ਸਾਲਾ ਮੈਂ ਬੋਲਦਾ ਜਾਂ ਤੂੰ ਬੋਲਦਾ ਠੀਕ ਆ ਤੂੰ ਆਹ ਚੀਜ਼ਾਂ ਜਿਹੜੀਆਂ ਵਾ ਅੱਛਾ ਫਿਰ ਪਾ ਦੇਣਗੇ ਵੀ ਜੀ ਉਹਨੇ ਆਹ ਬੋਲਿਆ ਆਹ ਬੋਲਿਆ ਮੈਨੂੰ ਪਿੱਛੇ ਜੇ ਆਇਆ ਤੇ ਮਤਲਬ ਤੁਸੀਂ ਕਿਸੇ ਨੂੰ ਪਹਿਲਾਂ ਉਹਨੂੰ ਜਾਣੋ ਤਾਂ ਸਹੀ ਵੀ ਇਹ ਸੱਚ ਆ ਕਿ ਇਹ ਝੂਠ ਆ ਏਦਾਂ ਜਿੰਨਾ ਕੋ ਮਰਜ਼ੀ ਲੈ ਕੇ ਪਾਈ ਚੱਲੋ ਜਿਹੜਾ ਕੋਈ ਮਰਜ਼ੀ ਲੈ ਕੇ ਪਾਉਣਾ ਪਾਈ ਚੱਲੋ ਕੋਈ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਤੁਹਾਨੂੰ ਕੀ ਲੱਗਦਾ ਵੀ ਸਾਰੇ ਜਾਣੇ ਵਿਹਲੇ ਬੈਠੇ ਇਹ ਚੀਜ਼ਾਂ ਖੋਲਣ ਨੂੰ ਹਾਂ ਮੈਨੂੰ ਲੱਗਿਆ ਮੇਰੇ 4-5 ਯਾਰਾਂ ਦੋਸਤਾਂ ਨੇ ਕਿਹਾ ਵੀ ਵੀ ਆਪਾਂ ਨਾ ਤੂੰ ਯਾਰ ਲਾਈਵ ਹੋ ਮੈਂ ਤਾਂ ਲਾਈਵ ਹੋਇਆ ਮੈਨੂੰ ਹੋਰ ਤਾਂ ਚਲੋ ਸਾਰਿਆਂ ਦੇ ਕੰਮ ਕਾਰ ਚੱਲੀ ਜਾਂਦੇ ਆ
ਨਹੀਂ ਸਹੀ ਆ ਸਹੀ ਆ ਬਾਕੀ ਤੂੰ ਥੋੜਾ ਜਿਹਾ ਢੈਲਾ ਰਿਹਾ ਕਰ ਤੱਤਾ ਨਾ ਬਗਿਆ ਕਰ ਇੰਨਾ ਨਹੀਂ 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 ਆਪਾਂ ਵੀਰੇ ਸਾਰਿਆਂ ਨੂੰ ਪਤਾ ਆਪਾਂ ਤਾਂ ਵੀਰੇ ਵੀਰੇ ਕਹਿੰਦੇ ਵੈਸੇ ਥੱਕਦੇ ਨੀ ਕਿਸੇ ਨੂੰ ਚਾਹੇ ਛੋਟਾ ਚਾਹੇ ਵੱਡਾ ਹਨਾ ਪਰ ਹੁਣ ਕਈ ਬੋਲੀ ਜਾਂਦੇ ਆ ਅਗਰੈਸਿਵ ਕਰਦੇ ਆ ਪਰ ਹੁਣ ਮੈਂ ਛੱਡਿਆ ਮੈਂ ਹੁਣ ਫੋਨ ਦੇਖਣਾ ਹੀ ਬੰਦ ਕਰਦਾ ਰਾਤ ਵੀ ਇੱਕਦਾ ਹੋ ਚੱਲਿਆ ਸੀ ਫੇਰ ਕਹਿਣ ਫੇਰ ਮੈਂ ਛੱਡ ਯਾਰ ਕੀ ਫਾਇਦਾ ਜੋ ਪੈਰਾਂ ਭਰ ਬਹਿ ਕੇ ਫਿਰ ਮਾਫ਼ੀ ਮੰਗੂ ਉਹਦਾ ਕੋਈ ਕੀ ਫਾਇਦਾ ਨਹੀਂ ਨਹੀਂ ਚੱਲ ਇਹਨਾਂ ਚੀਜ਼ਾਂ ਤੋਂ ਬਾਹਰ ਰਹੋ ਜ਼ਿੰਦਗੀ ਦੇ ਵਿੱਚ ਨਾ ਮੈਂ ਇੱਕ ਚੀਜ਼ ਜ਼ਰੂਰ ਹਮੇਸ਼ਾ ਕਹਿੰਦਾ ਹੁੰਦਾ ਜਿੰਨੀ ਕੰਸੈਂਟਰੇਸ਼ਨ ਕਿਸੇ ਦੀ ਤਰੱਕੀ ਨੂੰ ਜਾਂ ਕਿਸੇ ਦੀਆਂ ਚੀਜ਼ਾਂ ਨੂੰ ਆਪਾਂ ਕਰਨ ਲਈ ਲਾਉਂਦੇ ਹਾਂ ਨਾ ਉਨੀ ਆਪਦੇ ਤੇ ਲਾਇਆ ਕਰੋ ਉਹ ਚੱਲ ਵੀ ਇਹ ਗੀਤ ਸੁਣਾਓ ਯਾਰ ਕੋਈ ਨਹੀਂ ਕੋਈ ਨੀ ਗੀਤ ਗੂਤ ਬਾਅਦ ਚੋ ਸੁਣਾਵਾਂਗੇ ਗੀਤਾਂ ਵਾਲਾ ਮੇਰਾ ਹੁਣ ਮੂਡ ਵੀ ਨੀਗਾ ਮੈਂ ਤਾਂ ਸਿਰਫ ਆਹੀ ਚੀਜ਼ਾਂ ਕਰਨੀਆਂ ਜੀ ਆਪਣਾ ਗਾਣਾ ਆਉਣਾ ਸਿਸਟਰ ਬਲੈਸਿੰਗ ਆਫ ਸਿਸਟਰ ਅਗਲੇ ਹਫਤੇ ਮੈਂ ਰਿਲੀਜ਼ ਕਰ ਦੂੰਗਾ ਤੇ ਬਾਪੂ ਤੋਂ ਬਾਅਦ ਬੇਬੇ ਕੀਤਾ ਸੀ ਬੇਬੇ ਤੋਂ ਬਾਅਦ ਹੁਣ ਭੈਣ ਕਰ ਰਿਹਾ ਤੇ ਮੈਨੂੰ ਇਹ ਲੱਗਦਾ ਵੀ ਇਹ ਗਾਣਾ ਪਹਿਲੀ ਗੱਲ ਭੈਣ ਤੇ ਇਹੋ ਜਿਹਾ ਗਾਣਾ ਹੈ ਨੀ ਕੋਈ ਜਿਹੋ ਜਿਹਾ ਇਹ ਗਾਣਾ ਆ ਰਿਹਾ ਤੇ ਤੁਸੀਂ ਸਾਰੇ ਜਾਣੇ ਬਹੁਤ ਪਸੰਦ ਕਰੋਗੇ ਉਹ ਚੀਜ਼ ਨੂੰ ਯਾਰ ਨਹੀਂ ਨਹੀਂ ਗੁੱਡ ਲੱਕ ਵੀਰੇ ਥੈਂਕ ਯੂ ਤੇ ਬਾਕੀ ਤੈਨੂੰ ਵੀ ਭਰਾਵਾ ਬਹੁਤ ਬਹੁਤ ਬੈਸਟ ਵਿਸ਼ਸ ਕੰਮ ਕਰ ਦੱਬ ਕੇ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਕੇ ਲੈਣ ਦੇਣੀ ਹੈ ਨੀ ਵੀਰੇ ਵਾਜੋ ਹੋ ਗਿਆ ਹੋ ਗਿਆ ਹੁਣ ਗਾਣੇ ਥੋੜੇ ਮੋਟੇ ਕਰ ਰਿਲੀਜ਼ ਤੇ ਗਾਣੇ ਵੱਲ ਧਿਆਨ ਦੇ ਉਹ ਨਸੀਬੋ ਲਾਲ ਜੀ ਵਾਲਾ ਤਾਂ ਕਰੋ ਕੰਮ ਕੋਈ ਨੀ ਉਹ ਕਰ ਦਿੰਦੇ ਮੜਾ ਮੈਨੂੰ ਕਰਕੇ ਦਿਓ ਪਤਾ ਕੋਈ ਗੱਲ ਨੀ ਕੋਈ ਗੱਲ ਚਲੋ ਠੀਕ ਆ ਫਿਰ ਕਰੋ ਇੰਜੋਏ ਓਕੇ 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 ਮਨਪ੍ਰੀਤ ਮੰਨਾ ਮੇਰਾ ਅੱਜ ਜੀ ਸੀਗਾ ਵੀ ਮੈਂ ਵੀ ਥੋੜਾ ਜਿਹਾ ਆਪਾਂ ਲਾਈਵ ਹੋ ਕੇ ਚੀਜ਼ਾਂ ਕਰ ਲਈਏ ਇਹ ਚੀਜ਼ ਨੂੰ ਹੁਣ ਦੂਜਾ ਇਸ਼ੂ ਆ ਜਾਓ ਜੀ ਆਪਣਾ ਕਰਨ ਔਜਲੇ ਵਾਲਾ ਕਿਉਂਕਿ ਮੈਨੂੰ ਬੜੇ ਪਿੱਛੇ ਜੇ ਮੈਸੇਜ ਆਏ ਕਰਨ ਔਜਲੇ ਨੇ ਇੱਕ ਇੰਟਰਵਿਊ ਦੇ ਵਿੱਚ ਕੁਝ ਕਿਹਾ ਸੀ ਕਿ ਗਗਨ ਕੋਕਰੀ ਨੇ ਮੇਰੀ ਹੈਲਪ ਨਹੀਂ ਕੀਤੀ ਕਿਸੇ ਟਾਈਮ ਕਰਨ ਆਪਣਾ ਛੋਟਾ ਭਰਾ ਆ ਕਰਨ ਨੇ ਮੈਨੂੰ ਮੇਰਾ ਪਹਿਲਾ ਗਾਣਾ ਜਿਹੜਾ ਮੈਂ ਕਰਨ ਦਾ ਗਾਇਆ ਸੀ ਉਹ ਸੀ ਬਾਪੂ ਬਲੈਸਿੰਗ ਆਫ ਬਾਪੂ ਬਲੈਸਿੰਗਸ ਆਫ ਬਾਪੂ ਮੇਰੀ ਜ਼ਿੰਦਗੀ ਦਾ ਇੱਕ ਮੋੜ ਲਿਆਉਣ ਵਾਲਾ ਗਾਣਾ ਆ ਜਿਹਨੇ ਮੈਨੂੰ ਕਲਾਕਾਰਾਂ ਦੀ ਇੱਕ ਲਿਸਟ ਦੇ ਵਿੱਚ ਖੜਾ ਕੀਤਾ ਤੇ ਮੈਨੂੰ ਇਹ ਲੱਗਦਾ ਵੀ ਜਿਹੜਾ ਬਲੈਸਿੰਗ ਆਫ ਬਾਪੂ ਗਾਣਾ ਆ ਜਾਂ ਉਹਦਾ ਦੇਣ ਤਾਂ ਕੋਈ ਹੈ ਹੀ ਨੀਗਾ ਚੀਜ਼ ਪਰ ਬਲੈਸਿੰਗ ਆਫ ਬਾਪੂ ਤੋਂ ਇੱਕ ਸਾਲ ਬਾਅਦ ਮੈਂ ਜ਼ਿਮੀਦਾਰ ਜੱਟੀਆਂ ਕੀਤਾ ਸੀ ਉਹ ਵੀ ਕਰਨ ਦਾ ਹੀ ਲਿਖਿਆ ਹੋਇਆ ਉਦੋਂ ਬਾਅਦ ਕਰਨ ਦੇ 7 ਗਾਣੇ ਮੇਰੇ ਕੋਲੇ ਮੇਰੇ ਫੋਨ 'ਚ ਆ ਕਿਉਂਕਿ ਜਿੱਦਣ ਆਹ ਚੀਜ਼ ਦਾ ਇਸ਼ੂ ਹੋਇਆ ਜਾਂ ਮੇਰੇ ਕੋਲੇ ਮੈਸੇਜ ਆਏ ਮੈਂ ਉਹਦੇ ਫੋਨ 'ਚ ਦੇਖਿਆ ਯਾਰ ਮੈਂ ਕਿਹਾ ਮੈਂ ਕਰਨ ਨਾਲ ਕਿਹੜੀ ਗੱਲ ਇਹੋ ਜਿਹੀ ਕੀਤੀ ਸੀ ਜਾਂ ਕੋਈ ਇਹੋ ਜਿਹਾ ਕੋਈ ਇਸ਼ੂ ਜਿਹੜਾ ਕ੍ਰੀਏਟ ਹੋਇਆ ਹੋਵੇ ਮੇਰੇ ਤੇ ਕਰਨ ਦੇ ਵਿੱਚ ਤਾਂ ਮੈਂ ਆਪਦੇ ਫੋਨ ਦੇ ਮੈਸੇਜਿਸ ਦੇ ਥਰੂ ਗਿਆ ਕਰਨ ਦੇ ਮੈਸੇਜਿਸ ਦੇ ਥਰੂ ਗਿਆ 2 ਸਾਲ ਤੱਕ ਪਿਛਲੇ ਡੇਢ ਦੋ ਕੁ ਸਾਲ ਤੱਕ ਸਾਡੀ ਕੰਟੀਨਿਊ ਗੱਲ ਹੁੰਦੀ ਰਹੀ ਆ ਮੈਂ ਵੀਰੇ ਮਿਲਣਾ ਆ ਉਹਨੇ ਕਹਿਣਾ ਤੇ ਕਿਉਂਕਿ ਮੈਂ ਵੈਨਕੂਵਰ ਕਾਫੀ ਜਾਂਦਾ ਰਿਹਾ ਸੋ ਅਸੀਂ ਮਿਲਦੇ ਰਹੇ ਹਾਂ ਉਹ ਵੀ ਆਉਂਦਾ ਰਿਹਾ ਤੇ ਮੈਨੂੰ ਇਹ ਲੱਗਦਾ ਨਹੀਂ ਕਿ ਜ਼ਿੰਦਗੀ ਦੇ ਵਿੱਚ ਕੋਈ ਏਦਾਂ ਦੀ ਚੀਜ਼ ਹਾਂ ਕਰਨ ਨੂੰ ਮੈਂ ਇੱਕ ਵਾਰੀ ਜ਼ਰੂਰ ਕੋਈ ਉਹਦਾ ਫੈਮਿਲੀ ਦਾ ਬੰਦਾ ਸੀਗਾ ਜਿਹੜਾ ਮੈਨੂੰ ਕੋਈ ਉਹਨਾਂ ਦਾ ਫੈਮਿਲੀ ਇਸ਼ੂ ਸੀਗਾ ਉਹ ਮੈਨੂੰ ਉਦੋਂ ਕਰਨ ਦਾ ਹਜੇ ਆਇਆ ਨਹੀਂ ਸੀ ਗਾਣਾ ਕੋਈ ਤੇ ਟੈਲੈਂਟ ਆ ਬੰਦੇ 'ਚ ਟੈਲੈਂਟ ਦੇਖੋ ਉਹਨੂੰ ਕਿੱਥੇ ਲੈ ਕੇ ਜਾਂਦਾ ਅੱਜ ਕਰਨ ਕਿੱਥੇ ਆ ਔਰ ਇਸ ਚੀਜ਼ ਦੀ ਖੁਸ਼ੀ ਆ ਆਪਾਂ ਨੂੰ ਕਿਉਂਕਿ ਉਹ ਟੈਲੈਂਟਡ ਬੰਦਾ ਆ ਪਲੱਸ ਮੈਂ ਆਪਦੇ ਮਨ ਦੇ ਵਿੱਚ ਜਿੱਦਣ ਕਰਨ ਨੂੰ ਮਿਲਿਆ ਸੀਗਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਸੀ ਜਿਹਦੇ ਵੀ ਬੰਦੇ ਨੇ ਮੈਨੂੰ ਮਿਲਾਇਆ ਸੀ ਉਹ ਇੱਦਾਂ ਮਿਲਾਇਆ ਸੀਗਾ ਵੀ ਇੱਕ ਮੁੰਡਾ ਆ ਜਿਹਦੇ ਮੰਮੀ ਡੈਡੀ ਹੈ ਨੀਗੇ ਸੋ ਸਭ ਤੋਂ ਵੱਡਾ ਦੁੱਖ ਤਾਂ ਉਹਨੂੰ ਰੱਬ ਨੇ ਦਿੱਤਾ ਹੋਇਆ ਜਿਹੜਾ ਕਿ ਮਾਂ ਪਿਓ ਦਾ ਨਾਂ ਹੋਣਾ ਇੱਕ ਬਹੁਤ ਵੱਡਾ ਦੁੱਖ ਆ ਰੱਬ ਨੇ ਕਿਸੇ ਨੂੰ ਵੀ ਔਰ ਜੇ ਮੈਂ ਅੱਜ ਆਪਦੇ ਇਮੈਜਿਨ ਕਰਾਂ ਤਾਂ ਮੈਂ ਉਹਨਾਂ ਬਿਨਾਂ ਕੁਝ ਨਹੀਂ ਉਹਨੇ ਫਿਰ ਵੀ ਉਸ ਚੀਜ਼ਾਂ 'ਚੋਂ ਉੱਠ ਕੇ ਤਰੱਕੀ ਕੀਤੀ ਆ ਔਰ ਮੈਂ ਇਹ ਚੀਜ਼ ਨੂੰ ਪਹਿਲੇ ਦਿਨ ਤੋਂ ਨਾਲ ਲੈ ਕੇ ਚੱਲਿਆ ਹੋਇਆ ਕਰਨ ਦੇ ਮਾਮਲੇ 'ਚ ਲੈ ਕੇ ਜੇ ਮੇਰੀ ਤੇ ਕਰਨ ਦੀ ਕੋਈ ਇਹੋ ਜਿਹਾ ਇਸ਼ੂ ਪਹਿਲੇ ਗਾਣੇ ਮੇਰੀ ਹੁੰਦਾ ਜਿਹੜਾ ਕਿ ਬਲੈਸਿੰਗ ਆਫ ਬਾਪੂ ਦਾ ਉਹਨੇ ਮੂਮੈਂਟ ਦੇ ਵਿੱਚ ਮੇਰੀ ਉਹਦੇ ਬਾਅਦ ਸਨੈਪਚੈਟ ਤੇ ਗੱਲ ਵੀ ਹੋਈ ਕਰਨ ਨਾਲ ਕਰਨ ਕਹਿੰਦਾ ਬਾਈ ਉਦੋਂ ਕਿਹਾ ਗਿਆ ਮੇਰੇ ਤੋਂ ਦਿਸ ਦੈਟ ਮੈਂ ਚਲੋ ਚੀਜ਼ਾਂ ਇਹੋ ਜਿਹੀਆਂ ਚੀਜ਼ਾਂ ਨਾ ਬੰਦੇ ਨੂੰ ਕਿਸੇ ਨੂੰ ਬਹੁਤ ਹਰਟ ਕਰਦੀਆਂ ਕਿਉਂਕਿ ਜਦੋਂ ਤੁਸੀਂ ਕਿਸੇ ਦਾ ਦਿਲੋਂ ਕਰਦੇ ਹੋ ਮੈਂ ਉਦੋਂ ਬਾਅਦ ਸਾਲ ਬਾਅਦ ਜ਼ਿਮੀਦਾਰ ਜੱਟੀਆਂ ਗਾਣਾ ਗਾਇਆ ਜੇ ਇਹੋ ਜਿਹੀ ਕੋਈ ਗੱਲ ਹੁੰਦੀ ਤੇ ਮੈਂ ਜਾਂ ਕਰਨ ਮੈਨੂੰ ਗਾਣਾ ਦਿੰਦਾ
ਤੇ ਜਾਂ ਮੈਂ ਕਰਨ ਦਾ ਗਾਣਾ ਗਾਉਂਦਾ, ਉਦੋਂ ਬਾਅਦ ਵੀ ਕਰਨੇ ਦੇ 6-7 ਗਾਣੇ ਮੇਰੇ ਕੋਲੇ, ਮੈਂ ਦੇਖੇ ਵੀ ਹਾਂ ਆਹ ਵੀ ਹੁਣ ਵੀ ਆਇਆ ਹੋਇਆ ਆਹ ਹੈ ਕਰਨਾ। ਯਾਰ ਬੇਸਿਕਲੀ ਕੀ ਆ ਵੀ ਜਦੋਂ ਬੰਦਾ ਤਰੱਕੀ ਕਰਦਾ ਨਾ, ਉਦੋਂ ਹਰ ਇੱਕ ਚੀਜ਼ ਜਿਹੜੀ ਜ਼ੁਬਾਨੋਂ ਨਿਕਲਦੀ ਆ ਉਹ ਵਧੀਆ ਹੁੰਦੀ ਆ ਔਰ ਉਹ ਸੱਚ ਹੁੰਦੀ ਆ, ਭਾਵੇਂ ਉਹ ਜਿੱਦਾਂ ਦੀ ਮਰਜ਼ੀ ਹੋਵੇ। ਜਦੋਂ ਬੰਦਾ ਕੁਝ ਨਹੀਂ ਹੁੰਦਾ ਜ਼ਿੰਦਗੀ 'ਚ, ਉਦੋਂ ਭਾਵੇਂ ਉਹ ਲੱਖ ਚੰਗੀਆਂ ਗੱਲਾਂ ਵੀ ਕਰੀ ਜਾਵੇ ਉਹ ਵੀ ਮਾੜੀਆਂ ਲੱਗਦੀਆਂ ਆ। ਸੋ ਮੈਂ ਕਰਨੇ ਕੋਲੇ ਮੇਰਾ ਨੰਬਰ ਆ, ਜੇ ਇਹੋ ਜਿਹਾ ਕੋਈ ਇਸ਼ੂ ਹੁੰਦਾ ਤੇ ਕਰਨਾ ਮੈਨੂੰ ਕਹਿੰਦਾ। ਮੈਂ ਇੱਕ ਆਦਤ ਆ ਵੀ ਜਦੋਂ ਬੰਦਾ ਆਪਦੀ ਲਾਈਫ ਦੇ ਵਿੱਚ ਬਿਜ਼ੀ ਹੋ ਗਿਆ, ਮੈਂ ਡਿਸਟਰਬ ਨਹੀਂ ਕਰਦਾ ਤੇ ਨਾ ਹੀ ਮੈਂ ਕਦੇ ਇਹ ਚੀਜ਼ ਲਈ ਕੀਤਾ ਆ। ਕਰਨਾ ਕੱਲ ਵੀ ਅੱਜ ਵੀ ਤੇ ਕੱਲ ਨੂੰ ਵੀ, ਆਪਣਾ ਭਰਾ ਆ, ਭਰਾ ਰਹੂਗਾ। ਔਰ ਜੇ ਉਹਨੂੰ ਕੋਈ ਇਹੋ ਜਿਹੇ ਇਸ਼ੂ ਦੀ ਕੋਈ ਉਹਨੂੰ ਲੱਗਦਾ ਸੀ ਤਾਂ ਉਹ ਮੇਰੇ ਨਾਲ ਗੱਲ ਕਰਦਾ, ਤੇ ਮੈਨੂੰ ਨਹੀਂ ਲੱਗਦਾ ਇਹੋ ਜਿਹੀ ਕੋਈ ਚੀਜ਼ ਉਹਦਾ ਕੋਈ ਫੈਮਿਲੀ ਇਸ਼ੂ ਸੀ ਜਿਸ 'ਚ ਮੈਂ ਕਰਨੇ ਨੂੰ ਘੂਰਿਆ ਵੀ ਸੀ ਵੀ ਇੱਦਾਂ ਚੀਜ਼ ਆ ਨਹੀਂ ਕਰਨੀ। ਉਹ ਹੁਣ ਇਹੋ ਜਿਹੇ ਇਸ਼ੂ ਆ ਜਿਹੜੇ ਅਸੀਂ ਇੱਥੇ ਨਹੀਂ ਕਰ ਸਕਦੇ ਡਿਸਕਸ। ਇਹ ਤਾਂ ਇਹ ਹੋ ਗਈ ਵੀ ਮੈਂ ਕੰਟਰੋਵਰਸੀ ਲਈ ਇੱਕ ਚੀਜ਼ ਮੈਂ ਕਰਨ ਨੂੰ ਇੱਥੇ ਗਾਲਾਂ ਕੱਢਦੇ ਹਾਂ, ਤੇ ਉਦੋਂ ਬਾਅਦ ਚੱਕ ਕੇ ਤੁਸੀਂ ਪਾ ਦਿਓ ਵੀ ਹਾਂ ਵੀ ਗਗਨ ਕੋਕਰੀ ਨੇ ਕਰਨੇ ਦੇ ਬਾਰੇ ਆ ਕਿਹਾ। ਨਹੀਂ, ਇਹ ਸਾਡੀਆਂ ਆਪਸੀ ਚੀਜ਼ਾਂ ਨੇ, ਇਹ ਅਸੀਂ ਆਪਸੀ ਇੱਕ ਦੂਜੇ ਨਾਲ ਜਿਹੜੇ ਜਿਹੜੇ ਫੈਮਿਲੀ ਇਸ਼ੂ ਨੇ ਉਹ ਇੱਕ ਦੂਜੇ ਨਾਲ ਮਿਲ ਗਿਲ ਕੇ ਅਸੀਂ ਕਰ ਸਕਦੇ ਹਾਂ। ਸੋ ਇਹਨਾਂ ਚੀਜ਼ਾਂ ਦਾ ਬਾਈ ਸਵਾਦ ਨਾ ਲਓ। ਜੋ ਵੀ ਜੋ ਹੁਣ ਤੱਕ ਕੰਮ ਕਰਦੇ ਆਏ ਆ, ਪਹਿਲਾ ਗਾਣਾ ਜ਼ਿੰਦਗੀ ਦਾ ਕੋਕੀ ਦੀਪ ਨੇ ਲਿਖਿਆ ਸੀ, ਲਾਸਟ ਵਾਲਾ ਗਾਣਾ ਵੀ ਕੋਕੀ ਦੀਪ ਨੇ ਲਿਖਿਆ ਹੋਇਆ ਮੇਰਾ, ਜਿਹੜਾ ਮੈਂ ਹੁਣ ਗਾ ਕੇ ਹਟਿਆ। ਸੋ ਆਪਾਂ ਲੌਂਗ ਟਰਮ ਸਾਰੇ ਜਿਹੜੀ ਵੀ ਟੀਮ ਆ, ਛੋਟੀ ਟੀਮ ਆ ਪਰ ਲੌਂਗ ਟਰਮ ਕੰਮ ਕਰਦੇ ਆ ਰਹੇ ਆ ਉਹਨਾਂ ਦੇ ਨਾਲ। ਕਰਨਾ ਵੀ ਇੱਕ ਸਾਡੀ ਫੈਮਿਲੀ ਦਾ ਮੈਂਬਰ ਆ, ਮੰਨਾ ਵੀ ਫੈਮਿਲੀ ਦਾ ਮੈਂਬਰ ਆ ਤੇ ਸ਼ਹਿਰੀਮਾਨ ਵੀ ਫੈਮਿਲੀ ਦਾ ਮੈਂਬਰ ਆ। ਸੋ ਮੇਰਾ ਸਾਰਿਆਂ ਨਾਲ ਬਹੁਤ ਵਧੀਆ ਪਿਆਰ ਆ ਜੀ। ਇਹ ਚੀਜ਼ਾਂ ਨੂੰ ਐਵੇਂ ਇਸ਼ੂ ਕ੍ਰੀਏਟ ਨਾ ਕਰੋ। ਜੇ ਗਾਣੇ ਗਾਉਣੇ ਆ, ਚੰਗੇ ਲੱਗਦੇ ਆ, ਪਲੀਜ਼ ਆਪਦੇ ਦਿਲ 'ਚ ਰੱਖੋ, ਆਪਦੇ ਆਪ ਨੂੰ ਮਤਲਬ ਉਹਨਾਂ ਨੂੰ ਐਪਰੀਸ਼ੀਏਟ ਕਰੋ, ਭਾਵੇਂ ਉਹ ਕਿਸੇ ਵੀ ਸਿੰਗਰ ਦਾ ਗਾਣਾ। ਕਾਕਾ ਮੁੰਡਾ ਬਹੁਤ ਸੋਹਣਾ ਗਾਉਂਦਾ ਆ, ਹੁਣ ਉਹਨੂੰ ਪਤਾ ਹੀ ਨਹੀਂ ਹੋਣਾ ਵੀ ਉਹਦਾ ਗਾਣਾ ਇੰਨੀ ਜਗ੍ਹਾ ਇੱਥੇ ਇੱਥੇ ਜਾ ਰਿਹਾ, ਤੇ ਉਹਨੂੰ ਇਹ ਵੀ ਨਹੀਂ ਪਤਾ ਹੋਣਾ। ਮੈਨੂੰ ਪਤਾ ਲੱਗਿਆ ਵੀ ਉਹ ਆਟੋ ਚਲਾਉਂਦਾ ਸੀ, ਵੀ ਆਟੋ ਚਲਾਉਂਦੇ ਨੇ ਉਹਨੂੰ ਆਹ ਟੈਲੈਂਟ ਕਿੱਥੇ ਲੈ ਜਾਣਾ ਉਹਨੂੰ, ਮੈਨੂੰ ਨਹੀਂ ਪਤਾ ਉਹਦਾ ਫਿਊਚਰ ਕੀ ਆ। ਪਰ ਅੱਜ ਬੰਦਾ ਘੈਂਟ ਟੈਲੈਂਟਡ ਬੰਦਾ, ਗਰੀਬ ਘਰੋਂ ਉੱਠਿਆ ਬੰਦਾ, ਉਹੋ ਜਿਹੇ ਬੰਦਿਆਂ ਨੂੰ ਕੰਸੈਂਟਰੇਸ਼ਨ ਉਹੋ ਜਿਹੇ ਬੰਦਿਆਂ ਤੇ ਲਾਓ। ਮੈਨੂੰ ਤੁਸੀਂ ਪਹਿਲਾਂ ਵੀ ਬਹੁਤ ਜ਼ਿਆਦਾ ਮੈਸੇਜ ਕੀਤੇ ਉਦੋਂ ਕਰਨੇ ਦੇ ਇਸ਼ੂ ਦੇ ਵਿੱਚ, ਚੱਲ ਆਹ ਤਾਂ ਇਸ਼ੂ ਬਾਹਲਾ ਵੱਡਾ ਹੋ ਗਿਆ ਸੀਗਾ, ਇਹਦੇ 'ਚ ਵੀ ਬਹੁਤ ਜ਼ਿਆਦਾ ਮੈਸੇਜ ਕੀਤੇ। ਕਮ ਸੇ ਕਮ ਪਹਿਲਾਂ ਚੀਜ਼ਾਂ ਇਸ਼ੂ ਬਾਰੇ ਜਾਣੋ, ਉਹ ਕੀ ਆ, ਕਿੱਦਾਂ ਆ, ਕੀ ਚੱਲ ਰਿਹਾ। ਤੁਸੀਂ ਆਈਡੀਆਂ ਫੇਕ ਆਈਡੀਆਂ ਨੇ, ਕਿਸੇ ਨੂੰ ਕੁਛ ਕਿਹਾ ਹੋਇਆ, ਤੁਸੀਂ ਉਹ ਸਕਰੀਨਸ਼ਾਟ ਚੱਕ ਕੇ ਪਾਈ ਜਾਂਦੇ ਹੋ, ਯਾਰ ਇਦਾਂ ਥੋੜੀ ਚੀਜ਼ਾਂ ਹੁੰਦੀਆਂ। ਇਦਾਂ ਕਿਸੇ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਤੇ ਸਾਰਿਆਂ ਨੂੰ ਪਤਾ ਹੀ ਹੁੰਦਾ ਕਿਹੜਾ ਬੰਦਾ ਕਿੱਦਾਂ ਦਾ ਕਿਵੇਂ ਕੀ ਵਰਤ ਵਰਤਈਆ ਉਹਦਾ। ਪਹਿਲਾਂ ਆਪਦੇ ਮਾਂ ਪਿਓ ਤੇ ਕੰਸੈਂਟਰੇਟ ਕਰੋ। ਕਈ ਵਾਰੀ ਮੈਂ ਇੱਕ ਚੀਜ਼ ਬਹੁਤ ਦੇਖੀ ਆ ਵੀ ਘਰੇ ਮਾਂ ਪਿਓ ਨੂੰ ਪੁੱਛਣਾ ਨਹੀਂ, ਠੀਕ ਆ, ਜਾਂ ਉਹ ਉੱਥੇ ਭੁੱਖੇ ਮਰਦੇ ਹੁੰਦੇ, ਕੰਸੈਂਟਰੇਸ਼ਨ ਇਸ ਚੀਜ਼ ਦੀ ਹੁੰਦੀ ਆ ਵੀ ਹਾਂ ਯਾਰ ਉਹ ਚੀਜ਼ ਐਂ ਕਿਉਂ ਕਰ ਰਿਹਾ। ਉਹ ਨਹੀਂ, ਪਹਿਲਾਂ ਘਰੋਂ ਸ਼ੁਰੂ ਕਰੋ, ਸਭ ਕੁਝ ਸਾਰੀਆਂ ਚੀਜ਼ਾਂ ਕਰੋ। ਇਹ ਤਾਂ ਚੀਜ਼ਾਂ ਬਹੁਤ ਇਟਸ ਅ ਸਮਾਲ ਇਸ਼ੂ, ਇਟਸ ਅ ਸਮਾਲ ਥਿੰਗ ਫੋਰ ਮੀ। ਜਿਹੜੇ ਇਹ ਇਸ਼ੂ ਜਿੰਨੇ ਕੁ ਚੀਜ਼ਾਂ ਦੇ ਇਸ਼ੂ ਕ੍ਰੀਏਟ ਹੋਏ, ਇਟਸ ਅ ਸਮਾਲ ਥਿੰਗ। ਸੋ ਜ਼ਿੰਦਗੀ ਦੇ ਵਿੱਚ ਇਹਨਾਂ ਤੋਂ ਪਰੇ ਉੱਠ ਕੇ ਚੀਜ਼ਾਂ ਕਰੋ। ਜੇ ਤੁਹਾਨੂੰ ਕੋਈ ਚੀਜ਼ ਮੇਰੀ ਜਾਂ ਕਿਸੇ ਹੋਰ ਸਿੰਗਰ ਦੀ ਚੰਗੀ ਲੱਗਦੀ ਆ ਉਹਨੂੰ ਸੁਣੋ, ਜੇ ਨਹੀਂ ਚੰਗੀ ਲੱਗਦੀ ਤਾਂ ਤੁਹਾਡੇ ਕੋਲੇ 100-150 ਆਪਸ਼ਨ ਆਇਆ ਇਸ ਟਾਈਮ। ਸੋ ਬਾਈ ਆਈ ਲਵ ਯੂ, ਜਿਹੜੇ ਮੇਰੇ ਫੈਨਸ ਨੇ ਮੈਂ ਉਹਨਾਂ ਨੂੰ ਬਹੁਤ ਦਿਲੋਂ ਪਿਆਰ ਕਰਦਾ। ਅੱਜ ਜਸਟ ਆਈ ਵਾਂਟ ਟੂ ਸੇ ਕਿ ਆਹ ਜਿਹੜੇ ਇਸ਼ੂ ਨੇ 3-4 ਕ੍ਰੀਏਟ ਹੋਏ ਸੀਗੇ, ਮੈਂ ਇਹਨਾਂ ਬਾਰੇ ਬੋਲਣਾ ਚਾਹੁੰਦਾ ਸੀਗਾ। ਮੈਂ ਵੀ ਇੱਕ ਆਮ ਘਰ ਦਾ ਮੁੰਡਾ, ਮੈਂ ਵੀ ਇੱਕ ਪਿੰਡ ਰਹਿਣ ਵਾਲਾ ਮੁੰਡਾ, ਕੋਕਰੀ ਪਿੰਡ ਆ ਮੇਰਾ, ਉੱਥੇ ਹੀ ਰਹਿਣਾ ਮੈਂ। ਸੋ ਆਪਾਂ ਕੋਈ ਉੱਪਰੋਂ ਕੋਈ ਡਿੱਗੇ ਬੰਦੇ ਨਹੀਂ ਗੇ, ਵੀ ਉੱਪਰੋਂ ਅਲੱਗ ਸਿੱਟ ਤੇ ਕੋਈ ਵੀ ਕਲਾਕਾਰ ਉੱਪਰੋਂ ਡਿੱਗਿਆ ਨਹੀਂ ਗਾ, ਚਾਹੇ ਉਹ ਬੱਬੂ ਮਾਨ, ਦਿਲਜੀਤ ਦਸਾਂ, ਉਹਨਾਂ ਨੇ ਮਿਹਨਤ ਕੀਤੀ ਸਾਰਿਆਂ ਨੇ ਇੱਥੋਂ ਤੱਕ ਪਹੁੰਚਣ ਲਈ। ਸਿੱਧੂ ਮੂਸੇ ਵਾਲਾ ਮਿਹਨਤ ਕੀਤੀ ਆ, ਸਾਰੇ ਬੰਦੇ ਉੱਠ ਕੇ ਹੀ ਕਿਤੇ ਪਹੁੰਚੇ ਆ। ਸੋ ਤੁਹਾਡਾ ਐਂਟਰਟੇਨਮੈਂਟ ਕਰਨ ਲਈ ਸਾਰੇ ਜਾਣੇ ਆ। ਜਿਹਦਾ ਜੀ ਚੀਜ਼, ਜੋ ਚੀਜ਼ ਚੰਗੀ ਲੱਗਦੀ ਉਹ ਦਿਲ 'ਚ ਰੱਖੋ, ਜਿਹਦੀ ਨਹੀਂ ਚੰਗੀ ਲੱਗਦੀ ਨੋ ਪ੍ਰੋਬਲਮ। ਘਰਾਂ 'ਚ ਇਸ਼ੂ ਹੁੰਦੇ ਆ, ਬਹੁਤ ਇਸ਼ੂ ਹੁੰਦੇ ਆ। ਹੁਣ ਤੁਸੀਂ ਘਰਾਂ ਦੇ ਵਿੱਚ ਜਿਹੜੀ ਤੁਹਾਡੀ ਲੜਾਈ ਹੁੰਦੀ ਆ ਸੋਸ਼ਲ ਮੀਡੀਆ ਤੇ ਪਾ ਕੇ ਜਿੰਨਾ ਮਰਜ਼ੀ ਸਵਾਦ ਲੈ ਲਓ, ਪਹਿਲੀ ਗੱਲ ਤਾਂ ਤੁਹਾਡੇ ਪਿੰਡ ਵਾਲਿਆਂ ਨੇ ਨਹੀਂ ਤੁਹਾਨੂੰ ਛੱਡਣਾ, ਤੁਹਾਡੇ ਗਵਾਂਢੀਆਂ ਨੇ ਨਹੀਂ ਤੁਹਾਨੂੰ ਛੱਡਣਾ। ਆਪਦੇ 4-5 ਗਵਾਂਢੀਆਂ ਤੇ ਆਪਦੇ 4-5 ਯਾਰਾਂ ਦੋਸਤਾਂ ਤੋਂ ਬਿਨਾਂ ਜਿੰਨਾ ਵੀ ਤੁਹਾਡਾ ਜਿੰਨਾ ਸਰਕਲ ਆ, ਉਹਦੇ ਵਿੱਚੋਂ ਬਹੁਤ ਘੱਟ ਲੋਕ ਤੁਹਾਡੇ ਨਾਲ, ਉਹਨਾਂ ਨਾਲ ਬਣਾ ਕੇ ਰੱਖੋ ਜਿਹੜੇ ਇਹ ਨੇੜਲਾ ਸਰਕਲ ਆ, ਉਹ ਤੁਹਾਡੇ ਨਾਲ ਹੋਣ, ਬਸ ਦੈਟਸ ਇਟ। ਸੋ ਆਈ ਲਵ ਯੂ, ਮੇਰਾ ਗਾਣਾ ਆਉਣਾ ਬਲੈਸਿੰਗ ਆਫ ਸਿਸਟਰ, ਤੁਸੀਂ ਸਾਰੇ ਜਾਣੇ ਜ਼ਰੂਰ ਸੁਣਿਓ। ਪਹਿਲਾ
ਇਹੋ ਜਿਹਾ ਗਾਣਾ ਜਿਹੜਾ ਭੈਣ ਤੇ। ਔਰ ਜਿੱਦਣ ਮੈਂ ਬਾਪੂ ਕੀਤਾ ਸੀ ਉਦਣ ਬਾਪੂ ਤੇ ਗਾਣੇ ਨਹੀਂ ਚੱਲਦੇ ਸੀ, ਮੈਂ ਉਹ ਕੋਈ ਲਿਖਿਆ ਨਹੀਂ ਸੀ ਆਇਆ ਵੀ ਇਹ ਹਿੱਟ ਗਾਣਾ ਆ, ਉਹ ਸਾਰਿਆਂ ਦੀ ਮਿਹਨਤ ਆ। ਬਾਪੂ ਦੇ ਪਿੱਛੇ ਕਰਨ ਔਜਲਾ, ਗਗਨ ਕੋਕਰੀ, ਉਹਦਾ ਮਿਊਜ਼ਿਕ ਡਾਇਰੈਕਟਰ ਲਾਡੀ ਗਿੱਲ, ਉਹਨੂੰ ਮਨਾਉਣ ਵਾਲੇ ਵੀਡੀਓ ਵਾਲੇ ਯੋਗਰਾਜ ਬਾਪੂ, ਇਹ ਸਾਰਿਆਂ ਦੀ ਮਿਹਨਤ ਹੁੰਦੀ ਆ ਸਾਰਾ ਟੋਟਲ। ਸੋ ਕਦੇ ਵੀ ਕਿਸੇ ਵੀ ਗਾਣੇ ਦਾ ਇੱਕ ਬੰਦੇ ਨੂੰ ਕ੍ਰੈਡਿਟ ਨਹੀਂ ਜਾਂਦਾ, ਮੈਨੂੰ ਨਹੀਂ ਜਾਂਦਾ, ਕਿਸੇ ਨੂੰ ਨਹੀਂ ਜਾਂਦਾ, ਬੇਬੇ ਵਾਲਾ ਵੀ ਕਿਸੇ ਨੂੰ, ਜੱਗੀ ਜਾਗੋ ਵਾਲਾ, ਸਾਰੇ ਸਾਰੇ ਜਿੰਨੇ ਵੀ ਉਹਦੇ ਵਿੱਚ ਇਨਵੋਲਵ ਸੀਗੇ ਜਾਂ ਜਿਹੜੇ ਵੀ ਗਾਣੇ ਆ ਅਸਲਾ, ਕਿਸੇ ਵੀ ਬੰਦੇ ਦੇ ਕੋਈ ਵੀ ਗਾਣਾ ਲਾ ਲਓ, ਉਹਦੇ ਪਿੱਛੇ ਸਾਰੀ ਟੀਮ ਦੇ ਐਫਰਟ ਹੁੰਦੇ ਆ। ਸੋ ਤੁਸੀਂ ਸਾਰੀ ਟੀਮ ਨੂੰ ਐਪਰੀਸ਼ੀਏਟ ਕਰਿਆ ਕਰੋ। ਇੱਕ ਬੰਦੇ ਨੂੰ ਓਬਵੀਅਸਲੀ ਸਿੰਗਰ ਦਾ ਨਾਂ ਹਮੇਸ਼ਾ ਮੂਹਰੇ ਆਉਂਦਾ ਹੁੰਦਾ, ਪਰ ਉਹਦੇ ਪਿੱਛੇ ਬੈਕ